ਡੀਐਸਪੀ ਬੂਟਾ ਸਿੰਘ ਘਨੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਦੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਸ੍ਰੀ ਵਰੁਣ ਸ਼ਰਮਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਤੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਮੁੱਖ ਅਫਸਰ ਥਾਣਾ ਸ਼ੰਭੂ ਦੀ ਯੋਗ ਅਗਵਾਈ ਦੇ ਅਧੀਨ ਸਬ ਇੰਸਪੈਕਟਰ ਅਵਤਾਰ ਸਿੰਘ ਇੰਚਾਰਜ ਪੁਲਿਸ ਚੌਂਕੀ ਤੇਪਲਾ ਦੀ ਟੀਮ ਨੇ ਹੌਲਦਾਰ ਅਸ਼ਵਨੀ ਕੁਮਾਰ ਦੀ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਪਾਸੋਂ ਚੋਰੀ ਕੀਤੇ 3 ਮੋਟਰਸਾਈਕਲ ਬਰਾਮਦ ਕੀਤੇ ਨੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਇਹ ਮੋਟਰਸਾਈਕਲ ਇਨ੍ਹਾਂ ਨੇ ਮੋਹਾਲੀ ਸ਼ਹਿਰ ਤੋਂ ਅਲੱਗ ਅਲੱਗ ਥਾਵਾਂ ਤੋਂ ਚੋਰੀ ਕੀਤੇ ਨੇ। ਅੱਜ ਇਨ੍ਹਾਂ ਨੂੰ ਮਾਣ ਯੋਗ ਅਦਾਲਤ ਦੇ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੇ ਪਾਸੋਂ ਹੋਰ ਮੋਟਰਸਾਈਕਲ ਵੀ ਬਰਾਮਦ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਹੋਰ ਕੀ ਕੁਝ ਕਹਿਣਾ ਸੀ ਡੀਐਸਪੀ ਬੂਟਾ ਸਿੰਘ ਘਨੌਰ ਦਾ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰੁਣ ਕੁਮਾਰ ਸ਼ਰਮਾ ਆਈਪੀਐਸ, ਉਹਨਾਂ ਦੇ ਦਿਸ਼ਾ ਨਿਰਦੇਸ਼ 'ਤੇ ਉਹਨਾਂ ਦੀ ਗਾਈਡਲਾਈਨ ਮੁਤਾਬਕ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਅਸੀਂ ਘਨੌਰ ਸਬਡਿਵੀਜ਼ਨ 'ਚ ਵੀ ਜਿਹੜਾ ਹੈ ਉਹ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜਾ ਹੈ ਸਖ਼ਤੀ ਨਾਲ ਕਾਰਵਾਈ ਕਰ ਰਹੇ ਹਾਂ ਪਿਛਲੇ ਸਮੇਂ ਤੋਂ, ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ, ਚਾਹੇ ਕੋਈ ਚੋਰਾਂ ਦੀ ਗੱਲ ਹੋਵੇ, ਚਾਹੇ ਕੋਈ ਹੋਰ ਮਾੜੇ ਕੰਮ ਕਰਨ ਵਾਲੇ ਗਰੋਹਾਂ ਦਾ ਮਾਮਲਾ ਹੋਵੇ। ਤਾਂ ਕੱਲ੍ਹ ਸਾਡੀ ਜਿਹੜੀ ਹੈਗਾ ਸ਼ੰਭੂ ਪੁਲਿਸ ਦੀ ਜਿਹੜੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਅਮਨਪਾਲ ਵਿਰਕ ਅਤੇ ਉਹਦੇ ਨਾਲ ਸਾਰੀ ਟੀਮ ਚੌਂਕੀ ਜਾਂ ਟੇਪਲਾ ਏਸੀ ਅਵਤਾਰ ਸਿੰਘ ਹੌਲਦਾਰ ਅਸ਼ਵਨੀ ਕੁਮਾਰ ਅਤੇ ਸਾਰੇ ਸਟਾਫ ਨੇ ਬੜੀ ਮਿਹਨਤ ਨਾਲ ਜਿਹੜਾ ਹੈ ਇੱਕ ਮੋਟਰਸਾਈਕਲ ਚੋਰ ਗਰੋਹ ਕਾਬੂ ਕੀਤਾ, ਜਿਹਦੇ ਵਿੱਚ ਉਹਨਾਂ ਨੇ 3 ਮੋਟਰਸਾਈਕਲ ਚੋਰੀ ਜਿਹੜੇ ਉਹ ਬਰਾਮਦ ਕੀਤੇ ਨੇ। ਇਹ 4 ਬੰਦਿਆਂ ਦਾ ਗਰੋਹ ਸੀ ਜਿਹੜਾ ਕਿ ਚੋਰੀ ਦੇ ਮੋਟਰਸਾਈਕਲ ਇਕੱਠੇ ਕਰਕੇ ਉੱਥੇ ਵੇਚਣ ਦੀ ਤਿਆਰੀ ਸੀਗਾ ਅਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਉਹਨਾਂ ਨੂੰ ਰੰਗੇ ਹੱਥੀਂ ਸਮੇਤ ਮੋਟਰਸਾਈਕਲ ਜਿਹੜਾ ਕਾਬੂ ਕੀਤਾ ਮੌਕੇ 'ਤੇ, ਅਤੇ ਇਹਨਾਂ ਪਾਸੋਂ 3 ਮੋਟਰਸਾਈਕਲ ਜਿਹੜਾ ਹੈ ਬਰਾਮਦ ਕੀਤੇ। ਇਹਨਾਂ 'ਚ ਇੱਕ ਦੋਸ਼ੀ ਹਰਵਿੰਦਰ ਸਿੰਘ ਉਰਫ ਜੱਗੀ ਨਨਹੇੜੇ ਦਾ, ਦੂਸਰਾ ਅਭਿਸ਼ੇਕ ਕੁਮਾਰ ਜਿਹੜਾ ਰਾਜਪੁਰਾ ਕਲੋਨੀ ਦਾ, ਪ੍ਰਤਾਪ ਕਲੋਨੀ ਰਾਜਪੁਰਾ ਦਾ, ਤੀਸਰਾ ਰਾਜਵੀਰ ਸਿੰਘ ਹੈ ਅਤੇ ਚੌਥਾ ਜਿਹੜਾ ਆਕਾਸ਼ਦੀਪ ਸਿੰਘ ਹੈ, ਇਹ ਸ਼ੰਭੂ ਕਲਾਂ ਦੇ ਨੇ। ਇਹਨਾਂ 'ਚੋਂ ਜਿਹੜਾ ਹਰਵਿੰਦਰ ਸਿੰਘ ਹੈ ਇਹਦੇ 'ਤੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ ਕੋਤਵਾਲੀ ਥਾਣੇ ਦੇ ਵਿੱਚ, ਅਤੇ ਇਹਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ 3 ਮੋਟਰਸਾਈਕਲ ਇਹਨਾਂ ਤੋਂ ਬਰਾਮਦ ਕਰ ਲਏ ਨੇ। ਬਾਕੀ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਣਾ, ਪੇਸ਼ ਕਰਕੇ ਇਹਨਾਂ ਦਾ ਪੁਲਿਸ ਸਮਾਨ ਲਵਾਂਗੇ ਅਤੇ ਇਹਨਾਂ ਤੋਂ ਹੋਰ ਵੀ ਵੱਡੇ ਜਿਹੜੀ ਹੈ ਬਰਾਮਦੀ ਦੀ ਸੰਭਾਵਨਾ ਅਤੇ ਅਸੀਂ ਉਹ ਕਰਾਂਗੇ। ਤੁਹਾਨੂੰ ਹਾਂ, ਜਿਹੜਾ ਵੀ ਇਹਦੇ ਨਾਲ ਜੁੜਿਆ ਹੋਇਆ ਕੋਈ ਮੋਟਰਸਾਈਕਲ ਚੋਰੀ ਕਰਵਾਉਂਦਾ ਹੋਇਆ ਕਿਸੇ ਵੀ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਜਾਂ ਚੋਰੀ ਦਾ ਮਾਲ ਲੈਂਦਾ ਹੋਇਆ ਇਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੋਇਆ ਉਹਦੇ ਨਾਲ ਵੀ ਅਸੀਂ ਸਖ਼ਤੀ ਨਾਲ ਕਾਰਵਾਈ ਕਰਾਂਗੇ। ਗੱਲਾਂ ਸਾਹਮਣੇ ਆਈਆਂ ਨਹੀਂ ਅਜੇ ਇਨਵੈਸਟੀਗੇਸ਼ਨ ਕਿਹਨੂੰ ਵੇਚਣ ਜਾ ਰਹੇ ਸੀ ਅਤੇ ਅਜੇ ਅਸੀਂ ਕਰ ਰਹੇ ਹਾਂ, ਜਦੋਂ ਵੀ ਸਾਨੂੰ ਇਨਵੈਸਟੀਗੇਸ਼ਨ ਜਿਹੜੀ ਗੱਲ ਸਾਹਮਣੇ ਆਊਗੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇਹ ਚਾਰੇ ਜਿਵੇਂ ਘਨੌਰ ਆਪਣਾ ਹਲਕਾ ਘਨੌਰ ਉਹ ਰਾਜਪੁਰਾ ਨਾਲ ਹੀ ਸੰਬੰਧਿਤ ਨੇ, ਇਹਨਾਂ ਚਾਰਾਂ ਦੇ ਇਲਾਵਾ ਹੋਰ ਵੀ ਕੋਈ ਮੰਨਿਆ ਵੀ ਜਾਂ ਇਹਨਾਂ ਦੇ ਗੈਂਗ 'ਚ ਜਾਂ ਇਹਨਾਂ ਦੀ ਜਿਹੜੀ ਟੀਮ 'ਚ ਕੋਈ ਹੋਰ ਚੋਰ? ਅਜੇ ਤੱਕ ਨਹੀਂ ਕੋਈ ਗੱਲ ਸਾਹਮਣੇ, ਪਰ ਜੇ ਕੋਈ ਆਈ ਤਾਂ ਜ਼ਰੂਰ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ, ਕਿਉਂਕਿ ਅਜੇ ਟਾਈਮ ਥੋੜ੍ਹਾ ਸੀਗਾ, ਤੁਹਾਨੂੰ ਪੇਸ਼ ਵੀ ਕਰਨਾ, ਫਾਈਲ ਵੀ ਪੂਰੀ ਕਰਨੀ ਹੁੰਦੀ। ਕਿਹੜੀ ਕਿਹੜੀ ਜਗ੍ਹਾ 'ਤੇ ਇਹਨਾਂ ਨੇ ਮੋਟਰਸਾਈਕਲ ਵਗੈਰਾ ਚੋਰੀ ਕੀਤੇ ਨੇ? ਉਹ ਵੀ ਅਜੇ ਤੱਕ ਅਸੀਂ ਤੁਹਾਨੂੰ ਅਗਲੇ ਦਿਵਸ ਦੱਸਾਂਗੇ। ਨਹੀਂ, ਜਿਵੇਂ ਪ੍ਰੈਸ ਨੋਟ 'ਚ ਦੱਸਿਆ ਹੋਇਆ ਮੋਹਾਲੀ ਤੋਂ ਜੀ, ਇਹ ਜਿਵੇਂ ਰਾਜਪੁਰਾ ਨਾਲ ਸੰਬੰਧਿਤ ਨੇ, ਰਾਜਪੁਰਾ ਤੋਂ ਵੀ ਕੋਈ ਜਿਵੇਂ ਸ਼ਿਵਾਜੀ ਪਾਰਕ ਤੋਂ ਕਾਫੀ ਚੋਰੀ ਹੋ ਰਹੇ ਨੇ, ਕਲੋਨੀਆਂ 'ਚ ਵੀ? ਦੇਖੋ, ਇਹ ਮੋਟਰਸਾਈਕਲਾਂ ਦੇ ਜਿਹੜੇ ਮਾਲਕਾਂ ਦਾ ਪਤਾ ਕਰਕੇ ਕੋਈ ਇਹਨਾਂ ਨੰਬਰ ਵਗੈਰਾ ਟਾਏ ਹੁੰਦੇ ਨੇ ਇਹਨਾਂ ਨੇ,
ਤਾਂ ਉਹ ਨੰਬਰ ਵਗੈਰਾ ਟਰੇਸ ਕਰਕੇ ਅਸੀਂ ਚੈਸੀ ਨੰਬਰ ਇੰਜਨ ਟਰੇਸ ਕਰਕੇ ਉਹ ਮਾਲਕਾਂ ਤੱਕ ਪਹੁੰਚ ਕਰਾਂਗੇ ਤਾਂ ਉਹ ਫਿਰ ਪਤਾ ਲੱਗੂਗਾ। ਸਰ ਕੁਛ ਇਸ ਤਰ੍ਹਾਂ ਵੀ ਪਤਾ ਲੱਗਿਆ ਕਿ ਇਹ ਜਿਹੜੇ ਮੋਟਰਸਾਈਕਲ ਸੀ ਇਹ ਚੋਰੀ ਕਰਕੇ ਵੇਚਦੇ ਸੀਗਾ, ਇਹਨਾਂ ਦੇ ਵਾਰਦਾਤਾਂ ਵੀ ਕਰਦੇ ਹੁੰਦੇ ਸੀ? ਦੇਖੋ ਮੇਨ ਤਾਂ ਫਿਲਹਾਲ ਤਾਂ ਵੇਚਣ ਦੀ ਗੱਲ ਹੈ, ਅੱਗੇ ਇਹ ਕੀ ਕਰਦੇ ਨੇ ਜਾਂ ਇਹਨਾਂ ਨੇ ਇਹ ਕਦੋਂ ਦੇ ਚੋਰੀ ਕੀਤੇ ਨੇ, ਕਿੱਥੇ ਇਹਨਾਂ ਨੇ ਯੂਜ ਕੀਤੇ ਨੇ, ਜਾਂ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਉਹ ਅੱਗੇ ਇਨਵੈਸਟੀਗੇਸ਼ਨ ਦੇਖਾਂਗੇ ਨਾ। ਸਰ ਜੀ ਤੁਹਾਡੇ ਵੱਲੋਂ ਕੀ ਧਾਰਾ ਲਾਈ ਗਈ ਹੋਣੀ? ਇਹਨਾਂ 'ਤੇ ਅਸੀਂ ਜਿਹੜੀ ਹੈਗੀ ਨਵੇਂ ਕਾਨੂੰਨ ਦੀ 303 BNS ਅਤੇ 317 ਜਿਵੇਂ 2 ਜਿਹੜੀ ਉਹ ਧਾਰਾ ਲਾ ਕੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਜਿਵੇਂ ਆਪਾਂ ਗੱਲ ਕਰਦੇ ਹਾਂ ਅੱਜ ਚੋਰ ਗਰੋਹ ਦੀ ਵੀ ਹੈ, 2-3 ਦਿਨਾਂ ਵਿੱਚ ਸ਼ੰਭੂ ਪੁਲਿਸ ਨੇ ਹੋਰ ਵੀ ਕਈ ਕਾਰਨਾਮੇ ਕੀਤੇ ਨੇ ਜਾਂ ਸਫਲਤਾਵਾਂ ਮਿਲੀਆਂ ਨੇ ਜੀ, ਉਹਨਾਂ ਨੂੰ ਕਿਵੇਂ ਦੇਖਦੇ ਹੋ? ਇਸ ਤੋਂ ਪਰਸੋਂ ਜਿਹੜਾ ਹੈਗਾ ਸ਼ੰਭੂ ਪੁਲਿਸ ਨੇ ਮਾਨਯੋਗ SSP ਦੇ ਦਿਸ਼ਾ ਨਿਰਦੇਸ਼ ਉਹਨਾਂ ਦੀ ਗਾਈਡਲਾਈਨ 'ਤੇ ਮਾਨਯੋਗ DI ਸਾਹਿਬ ਪਟਿਆਲਾ ਰੇਂਜ ਸਾਹਿਬ ਹਰਚਰਨ ਸਿੰਘ ਭੁੱਲਰ IPS ਉਹਨਾਂ ਦੀ ਹਦਾਇਤ 'ਤੇ ਅਸੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਫੀ ਜਿਹੜਾ ਹੈ ਸ਼ਿਕੰਜਾ ਕੱਸਿਆ ਹੋਇਆ ਅਤੇ ਉਸੇ ਲੜੀ ਸਾਨੂੰ ਬੜੀ ਸਫਲਤਾ ਮਿਲੀ। ਅਸੀਂ 60 ਕਿਲੋ ਜਿਹੜੀ ਹੈ ਭੁੱਕੀ 2 ਬੰਦਿਆਂ ਤੋਂ ਇੱਕ ਕੰਟੇਨਰ ਦੇ ਵਿੱਚੋਂ ਬਰਾਮਦ ਕੀਤੀ। ਦੇਖੋ ਕੰਟੇਨਰ 'ਤੇ ਆਪਾਂ ਵਿਸ਼ਵਾਸ ਕਰਦੇ ਹਾਂ ਕਿ ਇਹਦੇ ਵਿੱਚ ਕੋਈ ਐਸੀ ਗੱਲ ਹੋ ਨਹੀਂ ਸਕਦੀ, ਪਰ ਜਿਹੜਾ ਹੈ ਸ਼ੰਭੂ ਪੁਲਿਸ ਨੇ ਬੜੀ ਮਿਹਨਤ ਨਾਲ ਅਤੇ ਬੜੀ ਸ਼ਿੱਦਤ ਨਾਲ ਆਪਣੀ ਇੰਟੈਲੀਜੈਂਸ ਨਾਲ ਉਹਦੇ ਵਿੱਚੋਂ ਜਿਹੜੀ ਹੈਗੀ ਭੁੱਕੀ ਬਰਾਮਦ ਕੀਤੀ। ਉਹ ਟਰੱਕ ਵੀ ਅਸੀਂ ਕਾਬੂ ਕੀਤਾ ਅਤੇ ਉਹਦੇ 'ਤੇ ਅਸੀਂ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਹਾਂ, ਉਹ ਬੰਦੇ ਵੀ ਸਾਡੇ ਕੋਲ ਪੁਲਿਸ ਰਿਮਾਂਡ 'ਤੇ ਨੇ, ਉਹਦੀ ਵੀ ਅਸੀਂ ਤਹਿਕੀਕਾਤ ਕਰੇ ਹਾਂ। ਅਤੇ ਇਹਦੇ ਨਾਲ ਹੀ ਜਿਹੜਾ ਹੈ ਉਸ ਤੋਂ 2 ਦਿਨ ਪਹਿਲਾਂ 3 ਦਿਨ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਕਰੀਬ 2.25 ਕਰੋੜ ਰੁਪਈਆ, 1,77,78,00,000 ਰੁਪਈਆ ਜਿਹੜਾ ਹੈ ਉਨਡਾਈਵਰ ਗੱਡੀ ਦੇ ਵਿੱਚ ਜਿਹੜਾ ਹੈ ਉਹ ਸਾਡੀ ਪੁਲਿਸ ਪਾਰਟੀ ਨੇ ਸ਼ੰਭੂ ਜੀ ਨੇ ਬਰਾਮਦ ਕੀਤਾ, ਜਿਹੜਾ ਕਿ ਇੱਕ ਪਟਿਆਲੇ ਦੇ ਵਿੱਚ ਹੁਣ ਤੱਕ ਦੀ ਬਹੁਤ ਵੱਡੀ ਰਿਕਵਰੀ ਹੈ। ਜਿਹੜਾ ਕਿ ਪੈਸਾ ਜਿਸ ਤਰ੍ਹਾਂ ਐਡਾ ਵੱਡਾ ਕੈਸ਼ ਜਿਹੜਾ ਹੈਗਾ ਸ਼ੱਕੀ ਸੀਗਾ, ਜਿਹੜਾ ਕਿ ਅਸੀਂ ਇਨਕਮ ਟੈਕਸ ਵਾਲਿਆਂ ਨੂੰ ਜਿਹੜਾ ਉਹਨਾਂ ਦੇ ਹਵਾਲੇ ਕਰਤਾ ਅਤੇ ਉਹਦੀ ਇਨਵੈਸਟੀਗੇਸ਼ਨ ਜਿਹੜਾ ਉਹ ਕਰ ਰਹੇ ਨੇ। ਸਰ ਜਿਵੇਂ ਇਹ ਇੰਨੀ ਵੱਡੀ ਰਿਕਵਰੀਆਂ ਹੋ ਰਹੀਆਂ, ਸਰ ਜਿਹੜੀ ਟੀਮ SHO ਸਾਹਿਬ ਬੈਠੇ ਆ ਹੋਰ ਵੀ ਜਿਹੜੀ ਟੀਮ ਹੈਗੀ ਇਹਨਾਂ ਦੇ ਨਾਲ, ਅੱਗੇ ਇਹਨਾਂ ਨੂੰ ਫਰਦਰ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਹੁਕਮ ਹੈਗੇ ਨਸ਼ੇ ਨੂੰ ਜਾਂ ਚੋਰੀਆਂ ਨੂੰ ਠੱਲ ਪਾਉਣ ਦੇ ਪੰਜਾਬ ਦੇ ਵਿੱਚ ਅਮਨ ਕਾਇਮ ਕਰਨ ਦੇ, ਅਤੇ ਇਹਨਾਂ ਨੂੰ ਵੀ ਕੋਈ ਸਰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਰਟੀਫਿਕੇਟ? ਬਿਲਕੁਲ ਬਿਲਕੁਲ, ਅਸੀਂ ਇਸ ਮਾਮਲੇ 'ਚ ਸਾਡੇ ਉੱਚ ਅਫਸਰ ਜਿਹੜੇ ਨੇ ਉਹ ਬੜੇ ਮਤਲਬ ਦਲੇਰ ਨੇ, ਬੜੀ ਹੱਲਾਸ਼ੇਰੀ ਦਿੰਦੇ ਨੇ ਸਾਨੂੰ, ਅਤੇ ਸਾਨੂੰ ਸਮੇਂ ਸਮੇਂ 'ਤੇ ਜਿਹੜਾ ਵੀ ਅੱਛਾ ਕੰਮ ਕਰਦਾ ਅਸੀਂ ਉਹਦਾ ਲਿਖ ਕੇ ਭੇਜਦੇ ਹਾਂ, ਜਿਸ ਵੀ ਲੈਵਲ ਦਾ ਉਹਦਾ ਰਾਈਟ ਬਣਦਾ ਹੈ ਰਿਵਾਰਡ ਦਾ ਤਾਂ ਅਸੀਂ ਉਹਨੂੰ ਰਿਵਾਰਡ ਦਿਵਾਉਂਦੇ ਹਾਂ, ਅਤੇ ਇਹਦੇ ਵਿੱਚ ਵੀ ਅਸੀਂ ਦਿਵਾਵਾਂਗੇ। 46 ਬੋਤਲਾਂ ਸ਼ਰਾਬ ਵੀ ਜਿਹੜੀ ਹੈ ਨਸ਼ੇ ਦੇ ਖਿਲਾਫ਼ ਮੁਹਿੰਮ ਦੇ ਵਿੱਚ ਅਸੀਂ ਜਿਹੜੀ ਉਹ ਬਰਾਮਦ ਕੀਤੀ ਹੈ। ਅਤੇ ਮੈਂ ਤੁਹਾਨੂੰ ਹੋਰ ਜਾਣਕਾਰੀ ਦੇਵਾਂ, ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ਼ ਜੋ ਲੋਕਾਂ ਦੇ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ, ਉਸ ਲੜੀ 'ਚ ਵੀ ਜਿਹੜਾ ਹੈ ਅਸੀਂ ਕਾਫੀ ਕੰਮ ਕਰ ਰਹੇ ਹਾਂ। ਅਸੀਂ ਹਰ ਇੱਕ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਨੇ, ਤਾਂ ਪਿੰਡਾਂ ਦੇ ਵਿੱਚ ਜਿਹੜੇ ਵਿਲਿੰਗ ਨੇ ਬੰਦੇ ਉਹਨਾਂ ਨੂੰ ਨਾਲ ਲੈ ਕੇ ਨਸ਼ਿਆਂ ਦੇ ਖਿਲਾਫ਼ ਅਸੀਂ ਲੋਕਾਂ ਨੂੰ ਵੀ ਜਿਹੜਾ ਹੈ ਜਾਗਰੂਕ ਕਰ ਰਹੇ ਹਾਂ ਮੀਟਿੰਗਾਂ ਕਰਕੇ, ਅਤੇ ਮਾੜੇ ਅਨਸਰ ਦੇ ਖਿਲਾਫ਼ ਵੀ ਡਸਕੰਜਾ ਉਹ ਕੱਸ ਰਹੇ ਹਾਂ। ਅਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਅਪੀਲ ਕਰਾਂਗਾ ਕਿ ਮਾੜੇ ਅਨਸਰ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ, ਪੁਲਿਸ ਹਰ ਵੇਲੇ ਉਹਨਾਂ ਦੇ ਨਾਲ ਹੈ, ਪੁਲਿਸ ਲੋਕਾਂ ਦੀ ਸੇਵਾ ਲਈ ਹੈ। ਅਤੇ ਮਾੜੇ ਅਨਸਰਾਂ ਨੂੰ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਉਹ ਮਾੜੇ ਕੰਮ ਜਿਹੜਾ ਛੱਡ ਦੇਣ, ਉਹਨਾਂ ਦੇ ਨਾਲ ਬੜੀ ਸਖਤੀ ਨਾਲ ਨਜਿੱਠਿਆ ਜਾਏਗਾ, ਅਤੇ ਮਤ ਕੋਈ ਸੋਚੇ ਕਿ ਉਹਨੂੰ ਕੋਈ ਮਾਫ਼ੀ ਵਾਲਾ ਕਰਨਾ ਜਿਹੜਾ ਹੈ ਉਹ ਛੱਡਿਆ ਜਾਏਗਾ। ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ। ਨਿਊਜ਼ 89 ਪੰਜਾਬ, ਹਰ ਖਬਰ ਜਿਸਦਾ ਹੋਵੇ ਅਸਰ।